ਦੇਖੋ, ਇੱਕ ਬਹੁਤ ਹੀ ਪਿਛਲੇ ਸਮੇਂ 'ਚ ਗੁਰਦੁਆਰਾ ਗਨੀ ਖਾਨ ਨਬੀ ਖਾਨ ਦਾ ਮਸਲਾ ਮਾਛੋੜਾ ਸਾਹਿਬ ਦਾ ਕਈ ਦਿਨਾਂ ਤੋਂ ਵਿਵਾਦਾਂ ਦੇ ਘੇਰੇ ਸੀਗਾ, ਜਿੱਥੇ ਇੱਕ ਲੋਕਲ ਕਮੇਟੀ ਬਣੀ ਆ ਅਤੇ ਜਿਹਦੇ ਵਿੱਚ ਕਿ ਉਸ ਜਿਹੜਾ ਬੈਂਕ ਦਾ ਖਾਤਾ ਸੀ ਉਹਦੇ ਵਿੱਚ ਕਈ ਕਰੋੜਾਂ ਰੁਪਏ ਸੀਗੇ, ਅਤੇ ਉਸ ਜੋ ਅਸੀਂ ਸੰਗਤ ਦੇ ਨਾਲ ਗੱਲ ਕੀਤੀ, ਸੰਗਤ ਨੇ ਸਾਡੇ ਧਿਆਨ 'ਚ ਲਿਆਂਦਾ ਵੀ ਉੱਥੇ ਪੈਸਿਆਂ ਦਾ ਗਬਨ ਹੋਇਆ। ਅਤੇ ਕੁਛ ਦਿਨ ਸਮਾਂ ਪਹਿਲਾਂ, ਸਾਨੂੰ 4-5 ਦਿਨ ਪਹਿਲਾਂ ਲੋਕਾਂ ਨੇ ਇੱਕ ਬੈਂਕ ਸਟੇਟਮੈਂਟ, ਅਸੀਂ ਆਪਣੇ ਐਫਰਟ ਨਾਲ ਲੋਕਾਂ ਦੇ ਸਹਿਯੋਗ ਨਾਲ ਕਢਾਈ, ਉਹਦੇ ਵਿੱਚ ਜਦੋਂ ਐਂਟਰੀਆਂ ਦੇਖੀਆਂ ਗਈਆਂ ਅਤੇ ਉਸ ਦੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਜੇ ਮੈਂ ਖਾਸ ਕਰ ਕਹਾਂ ਇੱਕ ਜਗਦੀਸ਼ ਸਿੰਘ ਜੀ ਰਾਠੌਰ ਨੇ, ਸਾਬਕਾ MC ਨੇ, ਉਹਨਾਂ ਦੇ ਖਾਤੇ ਦੇ ਵਿੱਚ 50 ਲੱਖ ਤੋਂ ਉੱਤੇ ਦੀ ਐਂਟਰੀ ਉਹਨਾਂ ਦੇ ਖਾਤੇ ਚਲੇ ਜਾਂਦੀ ਹੈ। 17 ਲੱਖ ਦੇ ਕਰੀਬ ਜੋ ਦਲਜੀਤ ਸਿੰਘ ਜੀ ਗਿੱਲ ਸਾਬਕਾ ਪ੍ਰਧਾਨ ਨੇ, ਉਹਨਾਂ ਦੇ ਖਾਤੇ 17 ਲੱਖ ਰੁਪਇਆ ਟ੍ਰਾਂਸਫਰ ਹੁੰਦਾ ਅਤੇ 18 ਲੱਖ ਰੁਪਇਆ ਕੋਈ ਸਿਮਰ ਢਿੱਲੋਂ ਜਿਹੜੇ ਦਲਜੀਤ ਗਿੱਲ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਖਾਤੇ ਟ੍ਰਾਂਸਫਰ ਕੀਤਾ ਜਾਂਦਾ। ਸੋ ਤਕਰੀਬਨ 1 ਕਰੋੜ ਰੁਪਇਆ ਪਰਸਨਲ ਖਾਤਿਆਂ ਟ੍ਰਾਂਸਫਰ ਹੁੰਦਾ, ਇਸ ਤੋਂ ਇਲਾਵਾ ਕਈ ਰਕਮ ਜਿਹੜੀ ਆ ਕਿ ਕੈਸ਼ ਦੇ ਤੌਰ 'ਤੇ ਕੱਢੀ ਜਾਂਦੀ। ਸੋ ਮੈਂ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਜ਼ਰੂਰ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਮਾਂ ਦਿੱਤਾ ਗਿਆ। ਮੈਂ ਅਤੇ ਬਾਜਵਾ ਜੀ ਮੇਰੇ ਨਾਲ, ਮੈਂਬਰ ਸਾਹਿਬ SGPCA ਸਾਡੇ ਨਾਲ ਗਏ ਸੀ, ਉਹਨਾਂ ਨੂੰ ਸਮਾਂ ਦਿੱਤਾ ਵੀ ਭਾਈ ਲੋਕਾਂ ਦੇ ਵਿੱਚ ਇੱਕ ਸ਼ੰਕਾ ਆ ਵੀ ਗੁਰਦੁਆਰਾ ਸਾਹਿਬ ਦੇ ਪੈਸੇ ਦਾ ਖੁਰਦ-ਬੁਰਦ ਕੀਤਾ ਗਿਆ, ਉਹਨਾਂ ਦਾ ਹਿਸਾਬ ਬਣਦਾ, ਕਿਉਂਕਿ ਇਹ ਸੰਗਤ ਦਾ ਪੈਸਾ। ਜਿਸ ਦੇ ਕਹਿਣ 'ਤੇ ਉਹਨਾਂ ਦਾ ਇਹ ਜਵਾਬ ਸੀ ਵੀ ਸੰਗਤ ਦਾ ਪੈਸਾ ਨਹੀਂ, ਅਸੀਂ ਕਮੇਟੀ, ਅਸੀਂ ਦੇਖਾਂਗੇ ਕਿਵੇਂ ਚਲਾਉਣਾ। ਅਤੇ ਪਿਛਲੇ ਤਕਰੀਬਨ 4-5 ਦਿਨ ਦਾ ਸਮਾਂ ਦੇਣ ਤੋਂ ਬਾਵਜੂਦ ਉਹ ਇਸ ਚੀਜ਼ ਨੂੰ ਸੰਗਤ ਮੂਹਰੇ ਲਿਆਉਣ 'ਚ ਅਸਮਰਥ ਰਹੇ ਨੇ ਵੀ ਪੈਸਾ ਕਿੱਥੇ ਅਤੇ ਕਿਵੇਂ ਵਰਤਿਆ ਗਿਆ। ਜਦੋਂ ਉਹਨਾਂ ਦਾ ਇਹ ਅਸੀਂ ਨਾ ਪੱਖੀ ਰਵੱਈਆ ਸੁਣਿਆ ਅਤੇ ਦੇਖਿਆ ਵੀ ਉਹਨਾਂ ਦੇ ਮਨਸ਼ਾ ਕੀ ਆ, ਸੋ ਇਸ ਕਰਕੇ ਪਾਰਟੀ ਨੂੰ ਫੈਸਲਾ ਲੈਣਾ ਪਿਆ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਹਰ ਤਰ੍ਹਾਂ ਦਾ ਨਾਤਾ ਤੋੜਦੀ ਆ ਅਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਆ, ਅਤੇ ਸੰਗਤ ਦੇ ਅਤੇ ਲੋਕ ਹਿੱਤਾਂ ਨੂੰ ਦੇਖਦੇ ਸਾਨੂੰ ਫੈਸਲਾ ਕਰਨਾ ਆ ਅਸੀਂ। ਅਤੇ ਨਾਲ ਇਹ ਵੀ ਮੈਂ ਆਸ਼ਵਾਸਨ ਦਿਵਾਉਂਦਾ ਸੰਗਤ ਨੂੰ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਇਕੱਲੇ ਇਕੱਲੇ ਪੈਸੇ ਦਾ ਹਿਸਾਬ ਲਵਾਂਗੇ, ਕਿਉਂਕਿ ਗੁਰੂ ਘਰ ਦੇ ਨਾਲ ਜਿਹੜਾ ਵੀ ਬੰਦਾ ਸ਼ਰਧਾ ਨਾਲ ਮੱਥਾ ਟੇਕਦਾ, ਕੋਈ ਦਸਵੰਤ ਕੱਢਦਾ, ਕੋਈ ਕਿਸੇ ਤਰੀਕੇ ਕੱਢਦਾ, ਉਹ ਪੈਸਾ ਸਾਰੀ ਸੰਗਤ ਦਾ ਪੈਸਾ ਆ ਅਤੇ ਉਹ ਕਿੱਥੇ ਵਰਤਿਆ ਜਾ ਰਿਹਾ, ਕਿਵੇਂ ਵਰਤਿਆ ਜਾ ਰਿਹਾ, ਇਹ ਪਾਰਦਰਸ਼ਤਾ ਦੇ ਨਾਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਸੀ। ਪਰ ਬੜਾ ਅਫਸੋਸ ਹੁੰਦਾ ਜਦੋਂ ਕੁਝ ਲੋਕ ਉਸ ਪੈਸੇ ਨੂੰ ਨਿੱਜੀ ਸਮਝ ਕੇ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰਦੇ ਨੇ। ਦੇਖੋ, ਪਹਿਲਾਂ ਤਾਂ ਇਸ ਗੱਲ ਦੀ ਸ਼ੰਕਾ ਇੱਥੇ ਦੂਰ ਹੋ ਜਾਂਦੀ ਹੈ ਵੀ ਜੇ ਆਪਾਂ ਨੇ ਕਿਸੇ ਨੂੰ ਕੈਸ਼ ਪੇਮੈਂਟ ਦੇਣੀ ਸੀ ਜਾਂ ਕੁਝ ਹੋਰ ਪੇਮੈਂਟਸ ਕਰਨੀਆਂ ਸੀ ਤਾਂ ਨਿੱਜੀ ਖਾਤਿਆਂ ਦੇ ਵਿੱਚ ਪੈਸੇ ਪਹਿਲਾਂ ਟ੍ਰਾਂਸਫਰ ਕਿਉਂ ਕੀਤੇ ਗਏ? ਦੂਸਰੀ ਗੱਲ, ਉਸ ਖਾਤੇ ਦੇ ਵਿੱਚੋਂ ਸਿੱਧੇ ਚੈੱਕ ਕੱਟ ਕੇ ਸਿੱਧੀਆਂ ਪੇਮੈਂਟਾਂ ਕਿਉਂ ਨਹੀਂ ਕੀਤੀਆਂ ਗਈਆਂ? ਸੋ ਸਵਾਲਾਂ ਦਾ ਘੇਰਾ ਬਹੁਤ ਵੱਡਾ ਆ। ਤਕਰੀਬਨ 2 ਤੋਂ 2.5 ਕਰੋੜ ਰੁਪਈਆ ਜੋ ਸੀ ਇਹ ਜੋ ਆਪਣੇ ਖਾਤੇ ਦੇ ਵਿੱਚ ਸੀਗਾ, ਜਿਹਦੇ ਵਿੱਚੋਂ 1 ਕਰੋੜ ਦੀਆਂ ਐਂਟਰੀਆਂ ਤਾਂ ਸਿੱਧੀਆਂ ਨੇ ਜਿਹੜੀਆਂ ਕਿ ਵੱਖ ਵੱਖ 3 ਜਣਿਆਂ ਦੇ ਖਾਤੇ ਜਿਵੇਂ ਟ੍ਰਾਂਸਫਰ ਕੀਤੀਆਂ ਗਈਆਂ। ਇਹਨਾਂ ਦੇ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਵਿੱਚ ਕੀ ਆਉਂਦੇ ਨੇ ਜਿਹੜੇ ਦੋਨੇ? ਇਹ ਦੋਨੇ ਜਣੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ, ਇੱਕ ਤਾਂ ਦਲਜੀਤ ਸਿੰਘ ਗਿੱਲ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਮਾਇੰਦਗੀ ਕਰਦੇ ਸੀ, ਅਤੇ ਉਸ ਤੋਂ ਬਾਅਦ ਜਿਹੜਾ ਜਗਦੀਸ਼ ਸਿੰਘ ਰਾਠੌਰ ਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ MC ਰਹੇ ਨੇ, ਅਤੇ ਹੁਣ ਵੀ ਇਹ ਪਾਰਟੀ ਦੇ ਐਕਟੀਵਿਟੀਆਂ ਵਿੱਚ ਸਾਡੇ ਨਾਲ ਚੱਲਦੇ ਸੀ। ਬਟ ਜਦੋਂ ਦਾ ਮਸਲਾ ਸਾਹਮਣੇ ਆਇਆ, ਅਸੀਂ ਬਹੁਤ ਇਹਨਾਂ ਨਾਲ ਕੋਸ਼ਿਸ਼ ਕੀਤੀ, ਰਾਬਤਾ ਕਾਇਮ ਕੀਤਾ, ਅਤੇ ਮੈਂ ਸਾਫ਼ ਕਰਨਾ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਨਾਲ, ਪੰਜਾਬ ਨਾਲ, ਗੁਰੂ ਘਰਾਂ ਨਾਲ ਜੁੜੀ ਹੋਈ, ਹਰੇਕ ਦਾ ਖਿਆਲ ਰੱਖ ਕੇ ਬਰਾਬਰਤਾ ਨਾਲ ਤੁਰਦੀ ਆ। ਅਤੇ ਜਿਹੜਾ ਬੰਦਾ ਨਿੱਜੀ ਹਿੱਤਾਂ ਲਈ, ਨਿੱਜੀ ਸਵਾਰਥ ਲਈ ਗੁਰੂ ਘਰਾਂ ਦੇ ਪੈਸੇ ਦਾ ਗਬਨ ਕਰਦਾ, ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਦਾ ਕੋਈ ਲੈਣ ਦੇਣ ਨਹੀਂ ਆ। ਅਤੇ ਅਸੀਂ ਇਹਨਾਂ ਦੀ ਆਪਣੇ 'ਚ ਜੋ ਮਰਜ਼ੀ ਹੈ ਸਮਝ, ਇੰਪੋਰਟੈਂਸ ਸੀ, ਪਰ ਗੁਰੂ ਦੇ ਮੂਹਰੇ ਆਪਾਂ ਗੁਰੂ ਨੂੰ ਜਾਣਦੇ ਨਹੀਂ, ਉਹਨੂੰ ਸੱਚੇ ਜਾਣ ਕੇ ਦੱਸਦੇ ਹਾਂ ਵੀ ਅਸੀਂ ਅੱਜ ਤੋਂ ਬਾਅਦ ਇਹ 2 ਜਣਿਆਂ ਦੇ ਨਾਲ ਬਿਲਕੁਲ ਨਾਤਾ ਤੋੜਦੇ ਹਾਂ। ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਇਹਨਾਂ ਤੋਂ ਵੱਖ ਕਰਦੀ ਆ, ਅਤੇ ਗੁਰੂ ਘਰ ਦੇ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਦਿਵਾਉਣ ਲਈ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ੍ਹੇ ਹਾਂ ਅਤੇ ਹਿਸਾਬ ਦਿਵਾਵਾਂਗੇ।